ਪਿੰਡਾਂ ਦੇ ਕਿਸਾਨ ਆਪਣੀ ਖੇਤਾਂ ਦੀ ਸਿੰਚਾਈ ਲਈ ਜ਼ਿਆਦਾਤਰ ਨਹਿਰੀ ਪਾਣੀ 'ਤੇ ਨਿਰਭਰ ਨੇ ਅਤੇ ਇਹੀ ਕਾਰਨ ਹੈ ਕਿ ਜਦੋਂ ਕਿਸਾਨਾਂ ਨੂੰ ਨਹਿਰੀ ਪਾਣੀ ਪੂਰਾ ਨਹੀਂ ਮਿਲਦਾ ਤਾਂ ਉਹਨਾਂ ਦੀਆਂ ਫਸਲਾਂ ਦੀ ਜਿੱਥੇ ਪੈਦਾਵਾਰ ਘੱਟਦੀ ਹੈ ਉੱਥੇ ਹੀ ਉਹਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਵਰਤਣਾ ਪੈਂਦਾ ਹੈ। ਪਰ ਜਦੋਂ ਪ੍ਰਸ਼ਾਸਨ ਅੱਖਾਂ ਮੀਚ ਲਵੇ ਤਾਂ ਇਹਨਾਂ ਕਿਸਾਨਾਂ ਦਾ ਕੀ ਹਾਲ ਹੁੰਦਾ ਹੈ, ਇਸਦਾ ਅੰਦਾਜ਼ਾ ਤੁਸੀਂ ਇਸ ਖਬਰ ਤੋਂ ਲਗਾ ਸਕਦੇ ਹੋ। ਦਰਅਸਲ ਮਾਮਲਾ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਚਾਕੀ ਖੁਰਦ ਦਾ, ਜਿੱਥੋਂ ਦੇ ਕਰੀਬ 100 ਕਿਸਾਨ ਇਨੀ ਦਿਨੀ ਆਰਥਿਕ ਤੰਗੀ ਦੇ ਨਾਲ ਨਾਲ ਮਾਨਸਿਕ ਪਰੇਸ਼ਾਨੀ ਵੀ ਝੱਲ ਰਹੇ ਨੇ ਅਤੇ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਵਰਗੇ ਭਿਆਨਕ ਨਤੀਜੇ ਵੀ ਵੇਖਣੇ ਪੈ ਸਕਦੇ ਨੇ। ਜਾਣਕਾਰੀ ਦੇ ਅਨੁਸਾਰ ਬੀਤੇ ਸਾਲ ਪਿੰਡ ਦੇ ਕਿਸਾਨਾਂ ਦੀ ਮੰਗ 'ਤੇ ਪੰਜਾਬ ਸਰਕਾਰ ਨੇ ਮੁਦਕੀ ਕਾਰ ਮਾਈਨਰ ਦੇ ਮੋਗਾ ਨੰਬਰ 14,000 R ਨੂੰ ਪੁੱਟ ਕੇ ਨਵੇਂ ਸਿਰੇ ਤੋਂ ਉਸਾਰੀ ਕਰਨ ਲਈ ਟੈਂਡਰ ਲਏ ਸਨ, ਜਿਨ੍ਹਾਂ ਨੂੰ ਮਿਤੀ 6 ਜੂਨ 2016 ਨੂੰ ਖੋਲ੍ਹਿਆ ਗਿਆ ਸੀ। ਇਸ ਵਿੱਚ ਕਿਸਾਨਾਂ ਤੋਂ 5% ਹਿੱਸਾ ਲਿਆ ਗਿਆ ਸੀ, ਜੋ ਕਿ ਕਰੀਬ 2.5 ਲੱਖ ਕਿਸਾਨਾਂ ਵੱਲੋਂ ਜਮ੍ਹਾਂ ਕਰਵਾ ਦਿੱਤਾ ਗਿਆ ਸੀ। ਇਸ ਖਾਲੇ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਕਰੀਬ 55 ਲੱਖ ਰੁਪਏ ਦਾ ਐਸਟੀਮੇਟ ਬਣਾਇਆ ਗਿਆ ਸੀ। ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨਾਂ ਨੇ ਦੱਸਿਆ ਕਿ ਕਿਸਾਨਾਂ ਦਾ ਹਿੱਸਾ ਪਵਾ ਕੇ 55 ਲੱਖ ਰੁਪਏ ਦੇ ਕਰੀਬ ਇਸ ਖਾਲ ਦਾ ਐਸਟੀਮੇਟ ਬਣਾਇਆ ਸੀ ਅਤੇ ਇਸਦਾ ਠੇਕਾ ਨਰੇਸ਼ ਕੁਮਾਰ ਨਾਮ ਦੇ ਠੇਕੇਦਾਰ ਨੂੰ ਦਿੱਤਾ ਗਿਆ ਸੀ। ਕਿਹਾ ਕਿ ਠੇਕੇਦਾਰ ਨੇ ਪਹਿਲਾਂ ਪੁਰਾਣਾ ਖਾਲ ਢਾ ਲਿਆ, ਫਿਰ ਬਾਅਦ ਵਿੱਚ ਕੰਮ ਸ਼ੁਰੂ ਨਾ ਕੀਤਾ ਅਤੇ ਉਹਨਾਂ ਨੇ ਐਕਸੀਅਨ ਨਹਿਰ ਵਿਭਾਗ ਪਾਸ ਪਹੁੰਚ ਕੀਤੀ ਤਾਂ ਐਕਸੀਅਨ ਨੇ ਠੇਕੇਦਾਰ ਨੂੰ ਬਦਲ ਕੇ ਕਿਸੇ ਹੋਰ ਫਰਮ ਨੂੰ ਠੇਕਾ ਦਿੱਤਾ। ਨਵੇਂ ਠੇਕੇਦਾਰ ਨੇ ਸਾਰਾ ਖਾਲਾ ਪੁਟਵਾ ਲਿਆ ਅਤੇ ਪੁਰਾਣਾ ਮਟੀਰੀਅਲ ਚੁੱਕ ਕੇ ਲੈ ਗਿਆ। ਉਹਨਾਂ ਕਿਹਾ ਕਿ ਨਵੇਂ ਠੇਕੇਦਾਰ ਵੱਲੋਂ ਖਾਲਾ ਬਣਾਉਣ ਦਾ ਜਦੋਂ ਕੰਮ ਸ਼ੁਰੂ ਕੀਤਾ ਗਿਆ ਤਾਂ ਉਸਨੇ ਤੈਅ ਮਾਪਦੰਡਾਂ ਦੇ ਆਧਾਰ 'ਤੇ ਮਟੀਰੀਅਲ ਵਰਤਣ ਦੀ ਜਗ੍ਹਾ ਘਟੀਆ ਮਟੀਰੀਅਲ ਵਰਤਣਾ ਸ਼ੁਰੂ ਕੀਤਾ, ਜਿਸ 'ਤੇ ਕਿਸਾਨਾਂ ਨੇ ਰੋਸ ਜਤਾਇਆ ਅਤੇ ਠੇਕੇਦਾਰ ਅੱਧ ਵਿਚਕਾਰ ਹੀ ਕੰਮ ਛੱਡ ਕੇ ਭੱਜ ਗਿਆ ਅਤੇ ਪਿੰਡ ਵਾਸੀਆਂ ਨੂੰ ਆਪਣੇ ਖੇਤਾਂ ਨੂੰ ਪਾਣੀ ਲਗਾਉਣ ਲਈ ਸਮੱਸਿਆ ਆਉਣ ਲੱਗ ਪਈ। ਉਹਨਾਂ ਕਿਹਾ ਕਿ ਕਈ ਵਾਰ ਲਿਖਤੀ ਤੌਰ 'ਤੇ ਵਿਭਾਗੀ ਅਧਿਕਾਰੀਆਂ ਤੱਕ ਪਹੁੰਚ ਕਰਨ ਦੇ ਬਾਵਜੂਦ ਹੀ ਉਹਨਾਂ ਦੀ ਸਮੱਸਿਆ ਦਿਉਂ ਦੀ ਤਿਉਂ ਬਣੀ ਹੋਈ ਹੈ। ਇਸ ਪੂਰੇ ਮਾਮਲੇ ਦੀ ਜਾਣਕਾਰੀ ਲੈਣ ਲਈ ਜਦੋਂ ਕਾਰਜਕਾਰੀ ਇੰਜੀਨੀਅਰ ਨਹਿਰ ਵਿਭਾਗ ਫਰੀਦਕੋਟ ਦੇ ਦਫ਼ਤਰ ਪਹੁੰਚ ਕੀਤੀ ਗਈ ਤਾਂ ਕਾਰਜਕਾਰੀ ਇੰਜੀਨੀਅਰ ਸਾਹਿਬ ਦਫ਼ਤਰ ਵਿੱਚ ਮੌਜੂਦ ਨਹੀਂ ਸਨ। ਉੱਥੇ ਮੌਜੂਦ ਦਫ਼ਤਰ ਦੇ ਕਰਮਚਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਹਿਬ ਕਿਸੇ ਮੀਟਿੰਗ ਵਿੱਚ ਚੰਡੀਗੜ੍ਹ ਲਈ ਗਏ ਹੋਏ ਨੇ। ਇਸ ਤੋਂ ਬਾਅਦ ਜਦੋਂ ਇਸ ਪੂਰੇ ਮਾਮਲੇ ਬਾਰੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਸੰਬੰਧੀ ਉਹ ਐਕਸੀਅਨ ਨਹਿਰ ਵਿਭਾਗ ਨਾਲ ਗੱਲ ਕਰਨਗੇ ਅਤੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਦੇ ਲਈ ਉਹ ਵਚਨਬੱਧ ਨੇ। ਫਰੀਦਕੋਟ ਤੋਂ ਜਾਟ ਟੀਵੀ ਨਿਊਜ਼ ਦੇ ਲਈ ਗੁਰਜੀਤ ਰੋਮਾਣਾ ਦੀ ਰਿਪੋਰਟ। 400 ਏਕੜ ਜ਼ਮੀਨ ਆ ਜਿਹਨੂੰ ਪਾਣੀ ਲੱਗਦਾ ਤੇ ਗਰਗ ਸਾਹਿਬ ਨੇ ਉਹ ਬਦਲ ਕੇ ਠੇਕੇਦਾਰ ਨਰੇਸ਼ ਕੁਮਾਰ ਤੋਂ ਬਦਲ ਕੇ ਰਕੇਸ਼ ਕੁਮਾਰ ਜੀ ਨੂੰ ਦਿੱਤਾ, ਜਿਨ੍ਹਾਂ ਦੀ ਗੁਰੂ ਨਾਨਕ ਕੋਆਪਰੇਟ ਸੋਸਾਇਟੀ ਬਣਾਈ ਵੀ ਹੈ ਸੋਸਾਇਟੀ ਦੇ ਨਾਂ 'ਤੇ। ਅਸੀਂ ਉਹਨਾਂ ਨੂੰ ਮਿਲੇ, ਉਹਨਾਂ ਨੇ ਕੰਮ ਸ਼ੁਰੂ ਕੀਤਾ। ਤਕਰੀਬਨ ਤੁਸੀਂ ਮੱਢ 'ਚ ਵੇਖ ਹੀ ਆਏ ਹੋ, ਕਰੀਬ 2 ਕਿੱਲੇ ਉਹਨਾਂ ਨੇ ਬਣਾਏ ਆ। ਉਹਦਾ ਮਟੀਰੀਅਲ ਬੜਾ ਮਾੜਾ ਸੀ, ਉਹਦੀ 1.5 ਨੰਬਰ ਇੱਟ ਸੀ। ਕਿਸਾਨ ਭਰਾ ਇਕੱਠੇ ਹੋ ਕਹਿਣ ਲੱਗੇ ਵੀ ਭਰਾਵਾ, ਅਸੀਂ ਮਸਾਂ ਇਹ ਪੈਸੇ ਭਰੇ ਆ ਅਤੇ ਅਸੀਂ ਚੰਗੀ ਇੱਟ ਦਾ ਖਾਲਾ ਬਣਾਉਣਾ, ਚੰਗੇ ਮਟੀਰੀਅਲ ਨਾਲ ਬਣਾਉਣਾ। ਉਹ ਜਿਹੜਾ ਪੁਰਾਣਾ ਮਟੀਰੀਅਲ ਸਿੱਟਿਆ ਸੀ, ਮਾੜਾ ਮਟੀਰੀਅਲ, ਉਹ ਚੱਕ ਕੇ ਲੈ ਗਿਆ ਅਤੇ ਚੰਗਾ ਮਟੀਰੀਅਲ ਲੈ ਕੇ ਨਹੀਂ ਆਇਆ ਅਤੇ ਸਾਡਾ ਖਾਲਾ ਬਣਿਆ ਨਹੀਂ, ਅਤੇ ਜਿਹਦੇ ਨਾਲ ਸਾਡੀ ਕਣਕ ਦਾ ਫਸਲ ਦਾ ਬੜਾ ਤਬਾਹ ਹੋਈ ਹੈ। ਅੱਗੇ ਹੁਣ ਝੋਨੇ ਦਾ ਕਣਕ ਸੀਜ਼ਨ ਆ ਗਈ ਹੈ, ਜਿਹੜਾ ਕਿ 1 ਮਿੰਟ ਪਾਣੀ ਬਿਨਾਂ ਸਰ ਨਹੀਂ ਸਕਦਾ। ਅਸੀਂ ਚਾਹੁੰਦੇ ਹਾਂ, ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹ ਖਾਲਾ ਜਲਦੀ ਸ਼ੁਰੂ ਕਰਾਇਆ ਜਾਵੇ। ਜਿਹੜੇ ਮਾਈਨਰ ਬਾਰੇ, ਖਾਲੇ ਬਾਰੇ ਤੁਸੀਂ ਗੱਲ ਕੀਤੀ ਹੈ, ਇਹਦੇ ਬਾਰੇ ਮੈਂ ਐਕਸੀਅਨ ਸਾਹਿਬ ਨਾਲ ਗੱਲ ਕਰ ਲੂੰਗਾ ਕੀ ਹੈ, ਅਤੇ ਇਹਦੀ ਰਿਪੇਅਰ ਕਰਵਾ ਕੇ ਅਤੇ ਇਸ ਗੱਲ ਦੀ ਪੂਰੀ ਕੋਸ਼ਿਸ਼ ਕੀਤੀ ਜਾਊਗੀ। ਔਰ ਵਚਨਬੱਧਤਾ ਵੀ ਹੈ ਕਿ ਜਿੰਨੇ ਵੀ ਸਾਡੇ ਫਾਰਮਰਸ ਜਿਹੜੇ ਇਸ ਖਾਲੇ ਦੇ ਨਾਲ ਡਿਪੈਂਡੈਂਟ ਹੈਗੇ ਆ, ਉਹਨਾਂ ਦਾ ਕਿਸੇ ਦਾ ਵੀ ਹੱਕ ਨਹੀਂ ਮਰਨ ਦਿੱਤਾ ਜਾਊਗਾ, ਔਰ ਉਹਨਾਂ ਦੇ ਪੂਰਾ ਧਿਆਨ ਰੱਖਿਆ ਜਾਊਗਾ।